ਬਹੁਤ ਹੀ ਸਤਿਕਾਰਯੋਗ ਅਮੀਰਾ ਮਿੱਲ ਦੇ ਵਿੱਚ ਚਿੰਤਕ ਜਥੇਬੰਦੀ ਦੇ ਨੁਮਾਇੰਦੇ ਸਾਹਿਬਾਨ, ਪ੍ਰਧਾਨ ਜੀ, ਚੇਅਰਮੈਨ ਸਾਹਿਬ, ਵੱਖਰੇ ਵੱਖਰੇ ਅਹੁਦਿਆਂ ਦੇ ਸਾਰੇ ਹੀ ਅਹੁਦਿਆਂ 'ਤੇ ਵਿਰਾਜਮਾਨ ਨੇ, ਕਿਉਂਕਿ ਅਮੀਰਾ ਮਿੱਲ ਦੀ ਵਰਕਰ ਯੂਨੀਅਨ ਦੀ ਗਿਣਤੀ ਬਹੁਤ ਵੱਡੀ ਆ। ਅੱਜ ਤੋਂ ਸਿਰਫ ਇੱਕ ਛੋਟੀ ਜਿਹੀ ਮੀਟਿੰਗ ਡਾਕਟਰ ਸੁਭਾਸ਼ ਸ਼ਰਮਾ ਜੀ, ਪ੍ਰਧਾਨ ਪੰਜਾਬ ਇੰਟਕ, ਉਹਨਾਂ ਦੀ ਉਹਨਾਂ ਨੇ ਆਉਣਾ ਸੀਗਾ, ਜ਼ਰੂਰੀ ਕੰਮ ਕਰਕੇ ਨਹੀਂ, ਉਹਨਾਂ ਨੇ ਬਾਬਾ ਜੀ ਨੂੰ ਫਾਦਰ ਸਾਹਿਬ ਨੂੰ ਭੇਜਿਆ ਵਾ ਕਿ ਚੋਣ ਲੋਕ ਸਭਾ 2019 ਜੋ 19 ਮਈ ਨੂੰ ਹੋਣ ਜਾ ਰਹੀਆਂ, ਉਹਨਾਂ ਦੇ ਸੰਬੰਧ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜੋ ਉਹਨਾਂ ਨੇ ਦਿੱਤੇ ਆ, ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ। ਸਾਡੇ ਪਿੰਡ ਹਮੀਰਾ ਦੇ ਸਰਪੰਚ ਸਰਦਾਰ ਲਖਵਿੰਦਰ ਸਿੰਘ ਹਮੀਰਾ ਇਸ ਇਲਾਕੇ ਦੀ ਬੜੀ ਮਹਾਨ ਸ਼ਖਸੀਅਤ ਆ, ਲੋਕ ਇਹਨਾਂ ਨੂੰ ਪਿਆਰ ਕਰਦੇ ਆ, ਪਿੰਡ ਵਾਲੇ ਵੀ ਕਰਦੇ ਆ ਅਤੇ ਨਾਲ ਲੱਗਦੇ ਪਿੰਡਾਂ ਵਾਲੇ ਵੀ ਕਰਦੇ ਆ, ਅਤੇ ਬਲਾਕ ਦੇ ਪ੍ਰਧਾਨ ਵੀ ਨੇ ਸਾਡੀ ਕਾਂਗਰਸ ਦੇ, ਇਹ ਵੀ ਇੱਥੇ ਵਿਰਾਜਮਾਨ ਨੇ, ਮੇਰੇ ਨਾਲ ਆਏ ਨੇ। ਇੱਕ ਗੱਲ ਦੀ ਮੈਨੂੰ ਖੁਸ਼ੀ ਆ ਕਿ ਜਿਹੜੀ ਮੇਰੀ ਪੈਦਾਇਸ਼ ਹੋਈ ਆ, ਜਿਹੜਾ ਮੇਰਾ ਜਨਮ ਹੋਇਆ ਵਾ, ਉਸ ਟ੍ਰੇਡ ਯੂਨੀਅਨ ਦੇ ਲੀਡਰ ਦੇ ਘਰ ਹੋਇਆ ਵਾ, ਜਿੱਥੇ ਜਿਹੜਾ ਕਿ ਇੰਟਕ ਦੀ ਜਥੇਬੰਦੀ ਦਾ ਹਿੱਸਾ ਹੈ, ਜਿਨ੍ਹਾਂ ਨੇ ਹਮੇਸ਼ਾ ਮਜ਼ਦੂਰਾਂ ਦੀ ਗੱਲ ਕੀਤੀ ਆ, ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੀਤੀ ਆ, ਅਤੇ ਉਹਨਾਂ ਦੀ ਲੜਾਈ ਲੜੀ ਆ। ਮੈਨੂੰ ਯਾਦ ਆ ਕਿ ਅੱਜ ਤੋਂ 20 ਸਾਲ ਪਹਿਲਾਂ ਆਲ ਇੰਡੀਆ ਇੰਟਕ ਦੇ ਪ੍ਰਧਾਨ ਸੰਜੀਵਾ ਰੱਖੜੀ ਜੀ ਆਏ ਸੀਗੇ ਸਟੇਸ਼ਨ 'ਤੇ ਜਲੰਧਰ, ਡਾਕਟਰ ਸਾਹਿਬ ਵੀ ਉੱਥੇ ਜੀ ਆਇਆਂ ਨੂੰ ਲੋਤੇ ਸੀਗੇ, ਸਵੇਰੇ ਸਵੇਰ ਦਾ ਟਾਈਮ ਸੀ ਤਕਰੀਬਨ ਸ਼ਾਇਦ 5:30 ਵਜੇ ਦਾ, 6 ਵਜੇ ਫਾਦਰ ਸਾਹਿਬ ਦੇ ਨਾਲ ਜਾਣ ਦਾ ਮੌਕਾ ਮਿਲਿਆ, ਉਹਨਾਂ ਨੂੰ ਉਹਨਾਂ ਦਾ ਵੈਲਕਮ ਕਰਾਂ। ਮੈਨੂੰ ਯਾਦ ਆ ਕਿ ਮੈਂ ਪੰਜਾਬ ਇੰਟਕ ਦੇ ਨਾਰੇ ਲਾਏ ਉਹਨਾਂ ਨੂੰ ਛੋਟਾ ਜਿਹਾ ਸੀ, ਇਹ ਚੀਜ਼ ਮੈਨੂੰ ਮੇਰੇ ਘਰ ਦੇ ਵਿੱਚੋਂ ਮਿਲੀ ਆ, ਕਿਉਂਕਿ ਜਦੋਂ ਮੇਰੇ ਫਾਦਰ ਸਾਹਿਬ ਜਦੋਂ ਵੀ ਪੰਜਾਬ ਰੋਡਵੇਜ਼ ਦੇ ਵਿੱਚ ਮੁਲਾਜ਼ਮ ਹੋਣ ਕਰਕੇ ਇੰਟਕ ਜਥੇਬੰਦੀ ਦੇ ਵੱਖਰੇ ਵੱਖਰੇ ਅਹੁਦਿਆਂ 'ਤੇ ਇਹਨਾਂ ਨੇ ਕੰਮ ਕੀਤਾ, ਤਾਂ ਜਿਹੜੀ ਚੀਜ਼ ਇਹ ਦਫ਼ਤਰ ਦੇ ਵਿੱਚ ਜਾਂ ਆਪਣੇ ਯੂਨੀਅਨ ਲਈ ਚੰਡੀਗੜ੍ਹ ਜਾਂਦੇ ਕੁਛ ਜਾਂਦੇ, ਉਹਦਾ ਚਰਚਾ ਘਰ 'ਚ ਹੁੰਦਾ, ਮੈਨੂੰ ਇਹ ਗੁੜਤੀ 'ਚ ਮਿਲਿਆ ਵਾ। ਪੰਜਾਬ ਇੰਟਕ ਦੀ ਨੁਮਾਇੰਦਗੀ ਇਹ ਕਰਦੇ ਸੀ, ਪਰ ਮੈਂ ਉਹਨਾਂ ਦਾ ਬੱਚਾ ਹੋਣ ਕਰਕੇ ਇੱਕ ਇੱਕ ਚੀਜ਼ ਤੋਂ ਵਾਕਫ ਹਾਂ। ਇਸ ਗੱਲ ਦੀ ਖੁਸ਼ੀ ਆ ਕਿ ਇਹ ਮੈਂ ਇਹਨਾਂ ਦਾ ਬੱਚਾ ਨਹੀਂ, ਮੈਂ ਤੁਹਾਡਾ ਸਾਰਿਆਂ ਦਾ, ਕਿਸੇ ਦਾ ਛੋਟਾ ਭਾਈ ਹੋਊਗਾ, ਕਿਸੇ ਦਾ ਬੱਚਾ ਹੋਊਗਾ, ਅਤੇ ਇਹ ਇੱਕ ਹਿਸਾਬ ਦੀ ਇਹ ਵੀ ਕਹਿ ਸਕਦੇ ਹਾਂ ਕਿ ਇਹ ਇੰਟਕ ਦੀ ਹੀ ਦੇਣ ਦਾ ਬੜਾ ਵੱਡਾ ਰੋਲ ਆ ਗੋਰੇ ਦੇ ਵਿੱਚ, ਜਾਂ ਗੋਰਾ ਅੱਜ ਸਿਆਸਤ ਵੱਲੋਂ ਤੁਰਿਆ ਤਾਂ ਵੀ ਮੈਂ ਆਪਣੇ ਫਾਦਰ ਸਾਹਿਬ ਦੀ ਪ੍ਰੇਰਨਾ ਸਿੱਖਿਆ, ਕਿਉਂਕਿ ਮੈਨੂੰ ਘਰ ਦੇ ਵਿੱਚੋਂ ਟ੍ਰੇਡ ਯੂਨੀਅਨ ਦਾ, ਦੇਖੋ ਵੱਡੇ ਵੱਡੇ ਲੀਡਰਾਂ ਦੇ ਬੇਟੇ ਸਿਆਸਤ 'ਚ ਆਉਂਦੇ ਆ, ਪੋਲੀਟਿਕਸ ਜੁਆਇਨ ਕਰਦੇ ਆ, ਅਤੇ ਪਰ ਇੱਕ ਟ੍ਰੇਡ ਯੂਨੀਅਨ ਦੇ ਘਰੋਂ ਬੱਚੇ ਨੇ ਸਿਆਸਤ ਦਾ ਰਾਹ ਫੜਿਆ ਵਾ, ਮੇਰੇ ਵਾਸਤੇ ਮਾਣ ਵਾਲੀ ਗੱਲ ਆ ਕਿ ਮੈਂ ਤੁਹਾਡੇ ਵਿੱਚੋਂ ਇਸ ਹਲਕੇ ਦੇ ਵਿੱਚ ਮੇਰਾ ਆਉਣਾ ਜਿਹੜਾ, ਜਾਂ ਇਸ ਹਲਕੇ ਦੀ ਸੇਵਾ ਕਰਨ ਲਈ ਜੇ ਪ੍ਰੇਰਿਆ, ਕਿਉਂਕਿ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਜੋ ਲੰਮੇ ਸਮੇਂ ਤੋਂ ਅਗਵਾਈ ਕਰਦੇ ਸਨ ਸਰਦਾਰ ਸੁਖਪਾਲ ਸਿੰਘ ਖਹਿਰਾ, ਉਹਨਾਂ ਨੇ ਪਿਛਲੀ 2016 ਵਾਲੀ ਇਲੈਕਸ਼ਨ ਦੇ ਵਿੱਚ ਯਕਦਮ
ਉਸ ਟਾਈਮ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਿਆ ਅਤੇ ਇੱਦਾਂ ਦਾ ਭਲਾਤ ਹਲਕੇ ਨੂੰ ਹਾਲਾਤ ਕਰਕੇ ਚਲੇ ਗਏ ਕਿ 5800 ਵੋਟ ਸਾਰੀ ਜਿਹੜੀ ਹੈਗੀ ਆ, ਕਿਉਂਕਿ ਮੌਕਾ ਨਹੀਂ ਮਿਲਿਆ ਵਰਕਰ ਨੂੰ, ਲੀਡਰਸ਼ਿਪ ਨੂੰ ਮੌਕਾ ਨਹੀਂ ਮਿਲਿਆ ਉੱਠਣ ਦਾ। ਹਾਲਾਤ ਇੱਦਾਂ ਦੇ ਪੈਦਾ ਕਰ ਦਿੱਤੇ ਸੀ, ਪਰ ਹੁਣ ਉਹ ਉੱਥੇ ਵੀ ਨਹੀਂ ਰਿਹਾ ਜਿੱਥੇ ਗਏ ਆ, ਜਿੱਥੇ ਗਏ ਆ ਉੱਥੇ ਗਾਂ ਵੀ ਆ, ਉਹ ਲੀਡਰ ਜ਼ਿਆਦਾ ਵੱਡੇ ਬਣ ਗਏ ਆ। ਬਠਿੰਡੇ ਦੀ ਧਰਤੀ ਦੇ ਉੱਤੇ ਇਸ ਵਕਤ ਉਹ ਇੱਕ ਵੱਖਰੀ ਪਾਰਟੀ ਨਵੀਂ ਬਣਾ ਕੇ ਅਤੇ ਚੋਣ ਨਿਸ਼ਾਨ ਚਾਬੀ, ਪਰ ਉਹਦੀ ਭਾਬੀ ਪਿੰਡ ਵਰਗੀ ਆ, ਰਾਜ ਰਿਹਾ ਤੇ ਡਿਵੈਲਪਮੈਂਟ ਜੀਰੋ ਆ ਤੇ ਮੈਂ ਤੁਹਾਡੇ ਨਾਲ ਚੱਲਦਾ, ਤੁਸੀਂ ਸਾਰੇ ਪਿੰਡਾਂ ਦੇ ਵਿੱਚੋਂ ਭਲਾ ਹਲਕੇ ਦੇ, ਇੱਥੋਂ ਦੇ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਉਹਨਾਂ ਨੂੰ, ਤੇ ਇੱਥੇ ਜਾ ਕੇ ਵੇਖੀਏ ਛੱਪੜਾਂ ਦਾ ਕੀ ਹਾਲ ਆ। ਆ ਬਿਲਕੁਲ ਨਾਲ ਲੱਗਦਾ ਪਿੰਡ ਮਰਾ ਰਿਹਾ, ਸ਼ਾਇਦ ਤੁਸੀਂ ਪ੍ਰਾਂਤ ਦੇ ਨਾਲ ਇਹ ਸਭ ਕੀ ਆ, ਜੋ ਉੱਥੋਂ ਦੇ ਪਾਣੀ ਦੀ ਨਿਕਾਸੀ ਦਾ ਕੀ ਹਾਲ ਆ, ਬਹੁਤ ਜ਼ਮੀਨੀ ਲੈਵਲ ਦੇ ਉੱਤੇ ਮੈਨੂੰ ਇਸ ਇਲਾਕੇ ਵਿੱਚ ਵਿਚਰਨ ਦਾ ਮੌਕਾ ਮਿਲਿਆ। ਮੈਨੂੰ ਇਸ ਇਲਾਕੇ ਦੇ ਵਿੱਚ ਬਾਂਹ ਫੜ ਕੇ ਲੈ ਕੇ ਆਏ ਆ ਸਰਦਾਰ ਲਖਵਿੰਦਰ ਸਿੰਘ ਰੁਪਈਆ। ਇਹ ਗੱਲ ਸੱਚ ਆ, ਸਾਰੀ ਉਮਰ ਸੱਚ ਰਹਿਣੀ ਆ, ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਉਹਲਾ ਨਹੀਂ ਗਾ ਵੀ ਮੈਂ ਰਾਣਾ ਜੀ ਦੇ ਨਾਲ ਪਿਛਲੇ 20 ਸਾਲ ਤੋਂ ਕਾਂਗਰਸ ਪਾਰਟੀ ਲਈ ਕੰਮ ਕਰਦਾ ਸੀ। ਲੀਡਰਸ਼ਿਪ ਦੇ ਕੰਮਾਂ ਦੀ ਪ੍ਰੋਬਲਮਾਂ ਕਰਕੇ ਇਹਨਾਂ ਨੇ ਰਾਣਾ ਜੀ ਨੂੰ ਕਿਹਾ ਕਿ ਸਾਨੂੰ ਹੋਰਾ ਹੀ ਦੇ ਦਿਓ, ਜਿਹੜੇ ਅਸੀਂ ਆਪਣੇ ਕੰਮ ਤੁਹਾਨੂੰ ਅਸੀਂ ਤੰਗ ਨਹੀਂ ਕਰਨਾ ਚਾਹੁੰਦੇ, ਤੁਹਾਡੇ ਕੋਲ ਪੰਜਾਬ ਸਰਕਾਰ ਦੇ ਵਿੱਚ ਤੁਸੀਂ ਵਜ਼ੀਰ ਹੋ, ਤੁਸੀਂ ਬਹੁਤ ਬਿਜ਼ੀ ਹੋ, ਤੁਸੀਂ ਪੂਰੇ ਪੰਜਾਬ ਦਾ ਕੰਮ ਦੇਖਣਾ ਆ ਅਤੇ ਸਾਡੇ ਇਲਾਕੇ ਦਾ ਕੰਮ ਦੇਖਣ ਵਾਸਤੇ ਆ। ਚਲੋ ਉਹਨਾਂ ਨੇ ਮੌਕਾ ਦਿੱਤਾ, ਬਾਕੀ ਗੱਲਾਂ ਲੰਮੀਆਂ ਆ। ਹੁਣ ਫਿਰ ਆਪਣੀ ਹਾਈ ਕਮਾਂਡ ਦੇ ਹੁਕਮਾਂ ਦੇ ਪੰਜਾਬ ਕਾਂਗਰਸ ਦਾ ਬੁਲਾਰਾ ਹੋਣ ਦੇ ਨਾਤੇ ਇਸ ਵਕਤ ਮੈਂ ਪੰਜਾਬ ਕਾਂਗਰਸ ਦੀ ਉਹਨਾਂ ਜ਼ਿੰਮੇਵਾਰੀ ਦਿੱਤੀ ਆ ਕਿ ਪੰਜਾਬ ਕਾਂਗਰਸ ਦੀਆਂ ਪਾਲਸੀਆਂ, ਪੰਜਾਬ ਸਰਕਾਰ ਦੀਆਂ ਪਾਲਸੀਆਂ ਅਤੇ ਮੋਦੀ ਦੇ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਜਨਤਾ ਦੀ ਕਚਹਿਰੀ 'ਚ ਰੱਖਣੀ ਆ। ਭੁੰਮਰੀ ਜੁਗੀ ਲੱਗੀ ਆ, ਮੈਂ ਉਹਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਨਿਭਾਵਾਂਗਾ। ਗੱਲ ਕਰਾਂਗੇ ਇਸ ਵਕਤ ਇਹ ਹਲਕਾ ਜਿਹੜਾ ਹੈਗਾ ਭਲਾਤ ਹਲਕੇ ਵਿੱਚ ਹਮੀਰਾ ਮਿੱਲ ਦਾ ਬਹੁਤ ਵੱਡਾ, ਮੈਂ ਕਹੂੰਗਾ ਰੀੜ੍ਹ ਦੀ ਹੱਡੀ ਦਾ ਰੋਲ ਅਦਾ ਆ, ਕਿਉਂਕਿ ਤੁਸੀਂ ਸਾਰੇ ਜਣੇ ਲਾਗੇ ਛਾਗੇ ਵਾਲੇ ਪਿੰਡਾਂ ਤੋਂ ਆਉਂਦੇ ਹੋ, ਇੱਕ ਪਿੰਡ ਦੇ ਵਿੱਚੋਂ 2-3-4 ਮੁਲਾਜ਼ਮ ਕਿਸੇ 'ਚ ਜ਼ਿਆਦਾ ਵੀ ਹੋਣਗੇ, ਕਿਸੇ 'ਚ ਘੱਟ ਵੀ ਹੋਣਗੇ, ਪਰ ਇਹ ਜਿਹੜੀ ਆਵਾਜ਼ ਆ ਇਹ ਉਹਨਾਂ ਪਿੰਡਾਂ ਤੱਕ ਪਹੁੰਚਦੀ ਆ। ਇਹ ਸਾਡੇ ਇਲਾਕੇ ਲਈ ਬੜੀ ਵੱਡੀ ਦੇਣ ਆ ਕਿ ਹਮੀਰਾ ਸਾਹਿਬ ਨੇ ਦੱਸਿਆ ਕਿ ਸਿੱਧੇ ਅਤੇ ਅਸਿੱਧੇ ਤਰੀਕੇ ਦੇ ਨਾਲ ਕਿ 5000 ਤੋਂ ਪਲੱਸ ਮੁਲਾਜ਼ਮ ਜਿਹੜਾ ਹੈਗਾ ਵਾ ਉਹ ਫੈਕਟਰੀ ਨਾਲ ਜੁੜਿਆ ਹੋਇਆ, ਫੈਕਟਰੀ ਦੇ ਰੁਜ਼ਗਾਰ ਨਾਲ ਜੁੜਿਆ ਹੋਇਆ ਵਾ, ਇਕੱਲੇ ਇਕੱਲੇ ਨੂੰ ਘਰ ਵਿੱਚ ਜ਼ਿਮੀਂਦਾਰੀ ਤੋਂ ਇਲਾਵਾ ਕਾਰੋਬਾਰ ਜਿਹੜਾ ਹੈਗਾ ਉਹ ਮਿਲਿਆ। ਇੱਦਾਂ ਦੀਆਂ ਮਿੱਲਾਂ ਸਾਡੇ ਇਲਾਕੇ ਵਿੱਚ ਹੋਰ ਹੋਣੀਆਂ ਚਾਹੀਦੀਆਂ, ਪਰ ਬਦਕਿਸਮਤੀ ਨਾਲ ਇਹ ਵੀ ਬੰਦ ਵਾਲੀ ਕਿਨਾਰ 'ਤੇ ਖੜ੍ਹੀ ਹੈ। ਸ਼ਾਇਦ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਆ, ਕਿੰਨਾ ਘਾਟਾ ਆ, ਪਰ ਇਹਨਾਂ ਨੂੰ ਅੱਗੇ ਲੈ ਕੇ ਆਉਣਾ, ਵਾਧੇ 'ਚ ਲੈ ਕੇ ਆਉਣਾ ਅਤੇ ਇਸ ਇਲਾਕੇ ਨੂੰ ਇੰਡਸਟਰੀ ਹੋਰ ਲੈ ਕੇ ਦੇਣੀ, ਐਸੇ ਲੀਡਰਾਂ ਦੀ ਲੋੜ ਆ। ਇਸ ਵਕਤ ਹਲਕਾ ਭਲੱਥ ਲੋਕ ਸਭਾ ਹੁਸ਼ਿਆਰਪੁਰ ਦਾ ਹਿੱਸਾ ਆ ਅਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ, ਪੇਸ਼ੇ ਤੋਂ ਡਾਕਟਰ ਨੇ,
ਤੇ 2017 ਦੇ ਵਿੱਚ ਚੱਬੇਵਾਲ ਤੋਂ MLA ਬਣੇ, ਉਹਨਾਂ ਦੀ ਕਾਰਗੁਜ਼ਾਰੀ ਵੇਖ ਕੇ, ਉਹਨਾਂ ਦਾ ਕੰਮ ਦੇਖ ਕੇ ਕਾਂਗਰਸ ਹਾਈਕਮਾਂਡ ਨੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਆ। ਇਸ ਵਕਤ ਤੁਹਾਡੀ ਕਚਹਿਰੀ ਵਿੱਚ ਆ, ਜਨਤਾ ਦੀ ਕਚਹਿਰੀ ਵਿੱਚ ਆ। ਤੁਹਾਨੂੰ ਮੌਕਾ ਮਿਲਿਆ ਹੋਊਗਾ ਥੋੜ੍ਹੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਦੇ ਵਿਚਾਰ ਸੁਣਨ ਦਾ। ਦੁਬਾਰਾ ਫਿਰ ਆਪਾਂ ਫੰਕਸ਼ਨ ਰੱਖਾਂਗੇ, ਰਾਣਾ ਜੀ ਵੀ ਆਉਣਗੇ, ਉਹ ਵੀ ਆਉਣਗੇ, ਆਪਾਂ ਆਪਣੀਆਂ ਪ੍ਰੋਬਲਮਾਂ ਉਹਨਾਂ ਨਾਲ ਸਾਂਝੀਆਂ ਕਰਾਂਗੇ। ਕੁਛ ਮੈਨੂੰ ਪਤਾ ਆ ਆਪਣੇ ਲੈਵਲ 'ਤੇ ਮੈਂ ਕਰੂੰਗਾ, ਕੁਛ ਆਪਾਂ ਉਹਨਾਂ ਦੀ ਹਾਜ਼ਰੀ ਵਿੱਚ ਵੀ ਕਰਾਂਗੇ। ਸਾਡੀ ਕੋਸ਼ਿਸ਼ ਹੋਊਗੀ 100% ਕਿ ਇਹਨਾਂ ਮਸਲਿਆਂ ਨੂੰ ਹੱਲ ਕੀਤਾ ਜਾਵੇ ਜੋ ਸਾਡੇ ਮੁਲਾਜ਼ਮ ਵੀਰਾਂ ਨੂੰ ਆਉਂਦੀਆਂ। ਸਾਡੀ ਡਿਊਟੀ ਵੀ ਬਣਦੀ ਆ, ਮੈਂ ਤਾਂ ਤੁਹਾਨੂੰ ਦੱਸਿਆ ਮੇਰਾ ਤਾਂ ਹਿੱਸਾ ਹੀ ਤੁਹਾਡਾ ਆ, ਅਤੇ ਮੇਰੇ ਦਿਮਾਗ ਦੇ ਵਿੱਚ ਤਾਂ ਚੀਜ਼ ਫਿੱਟ ਰਹਿੰਦੀ ਆ। ਸ਼ਾਇਦ ਮੈਂ ਦੂਜੇ ਬੰਦਿਆਂ ਨਾਲੋਂ ਜ਼ਿਆਦਾ ਵਧੀਆ ਕੰਮ ਕਰ ਸਕਦਾ, ਯੂਨੀਅਨ ਦੇ ਮਸਲੇ ਹੱਲ ਕਰਨ। ਅੱਜ ਭਾਈ ਸਾਹਿਬ ਨੇ ਗੱਲ ਕੀਤੀ ਕਿ 3 ਹਲਕਿਆਂ ਦੇ ਉੱਤੇ ਪ੍ਰਭਾਵਿਤ ਕਰਦੇ ਮਿਲਦੀ ਯੂਨੀਅਨ। ਲੋਕ ਸਭਾ ਹਲਕਾ ਖਡੂਰ ਸਾਹਿਬ, ਕਪੂਰਥਲਾ ਕੌਂਸਟੀਚੁਐਂਸੀ ਰਾਣਾ ਜੀ ਦੀ, ਅਤੇ ਜਲੰਧਰ ਲੋਕ ਸਭਾ ਹਲਕਾ ਜਲੰਧਰ ਚੌਧਰੀ ਸੰਤੋਖ ਸਿੰਘ। ਦੇਖੋ ਮਿਸ਼ਨ 13 ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਆ ਕਿ ਮੈਂ ਇਸ ਵਾਰੀ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿੱਤ ਕੇ ਦੇਸ਼ ਦਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਬਣਨਾ। ਇੱਕ ਇੱਕ ਸੀਟ ਦੇ ਉੱਤੇ ਕੰਮ ਚੱਲ ਰਿਹਾ ਵਾ, ਬੜੇ ਵਧੀਆ ਤਰੀਕੇ ਨਾਲ ਜ਼ਮੀਨੀ ਲੈਵਲ 'ਤੇ ਚੱਲ ਰਿਹਾ ਵਾ, ਪਾਰਟੀ ਦੀਆਂ ਪਾਲਿਸੀਆਂ ਡਿਸਕਸ ਹੋ ਰਹੀਆਂ ਵਾ। ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਵਾਅਦਾ ਕੀਤਾ ਉਹਨੂੰ ਪੂਰਾ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਨੇ। 2 ਲੱਖ ਤੱਕ ਦਾ ਕਰਜ਼ਾ ਹੁਣ ਤੱਕ ਮਾਫ਼ ਕਰ ਦਿੱਤਾ ਗਿਆ ਵਾ, ਬਾਕੀਆਂ ਬੈਂਕਾਂ ਦੇ ਕੋਪਰੇਟ ਬੈਂਕਾਂ ਦਾ ਹੋ ਗਿਆ, ਦੂਜੀਆਂ ਬੈਂਕਾਂ ਦੀ ਪ੍ਰਪੋਜ਼ਲ ਤਿਆਰ ਵਾ। ਇਹ 5 ਸਾਲ ਤੱਕ ਲਗਾਤਾਰ ਚੱਲੀ ਜਾਣਾ ਆ, ਜਿਹਦੇ ਵਿੱਚ 50,000 ਰੁਪਈਆ ਮਜ਼ਦੂਰ ਜਿਨ੍ਹਾਂ ਦੀ ਜ਼ਮੀਨ ਨਹੀਂ ਹੈਗੀ ਉਹਨਾਂ ਦਾ ਕਰਜ਼ਾ ਵੀ ਜਿਹੜਾ ਹੈਗਾ ਉਹ ਵੀ ਮਾਫ਼ ਕਰਨ ਦੀ ਪਾਲਿਸੀ ਆ। ਜੇ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਦੀ ਮਦਦ ਕੀਤੀ ਹੁੰਦੀ, ਇੰਨਾ ਘਾਟੇ ਵਾਲਾ ਬਜਟ, ਇੰਨਾ ਖਜ਼ਾਨਾ ਖਾਲੀ, ਕਰੋੜਾਂ ਦਾ ਪੰਜਾਬ 'ਤੇ ਕਰਜ਼ਾ ਅਕਾਲੀ ਦਲ ਛੱਡ ਕੇ ਗਈ ਆ, ਇਹਦੇ ਬਾਵਜੂਦ ਵੀ ਜੇ ਕੈਪਟਨ ਅਮਰਿੰਦਰ ਸਿੰਘ ਨੇ 2 ਲੱਖ ਤੱਕ ਦਾ ਕਰਜ਼ਾ ਮਾਫ਼ ਕੀਤਾ, ਇਹਦਾ ਮਤਲਬ ਹੈ ਕਿ ਉਹਦੀ ਸੋਚ ਵਿੱਚ ਖੋਟ ਨਹੀਂ ਗਈ, ਉਹਦਾ ਸੋਚ ਵਧੀਆ ਵਾ, ਉਹ ਅੱਗੇ ਕਰ ਰਹੇ ਆ, ਹੁਣ ਖਜ਼ਾਨਾ ਅੱਗੇ ਨਾਲੋਂ ਹੋ ਰਿਹਾ ਵਾ। ਅਤੇ ਇਹ 2 ਸਾਲ ਦੀ ਕਾਰਗੁਜ਼ਾਰੀ ਆ, 5 ਸਾਲਾਂ ਦੇ ਵਿੱਚ ਆ ਜੋ ਰੌਲਾ ਰੌਲਾ ਪਾਉਂਦੇ ਆ ਖੂਨਾਂ ਫਾਨਾਂ ਦਾ, ਇਹ ਸਾਰੇ ਮਸਲੇ ਹੱਲ ਹੋ ਜਾਣੇ ਆ। ਜੋ ਚੋਣ ਪੱਤਰ ਅਸੀਂ ਲੈ ਕੇ ਆਉਂਦੇ ਹਾਂ ਉਹ ਅਸੀਂ 5 ਸਾਲਾਂ 'ਚ ਪੂਰਾ ਕਰਨਾ ਹੁੰਦਾ। 5 ਸਾਲਾਂ ਵਿੱਚ ਬਾਅਦ ਅਸੀਂ ਦੁਬਾਰਾ ਜਨਤਾ ਦੀ ਕਚਹਿਰੀ 'ਚ ਜਾਣਾ ਆ, ਅਸੀਂ ਦੱਸਣਾ ਕਿ ਅਸੀਂ ਆਹ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਆਹ ਅਸੀਂ ਪੂਰਾ ਕੀਤਾ, ਤੁਸੀਂ ਸਾਨੂੰ ਸਮਰਥਨ ਕਰੋ, ਅਸੀਂ ਹੋਰ ਇਹਨੂੰ ਵਧੀਆ ਕਰਾਂਗੇ। ਇਹ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਆ। ਰਾਹੁਲ ਗਾਂਧੀ ਜੀ ਦੀ ਗੱਲ ਕਰੀਏ, ਰਾਹੁਲ ਗਾਂਧੀ ਜੀ ਦੀ ਇੱਕ ਸੋਚ ਆ, ਮੋਦੀ ਨੇ ਤਾਂ ਪੰਜਾਬ ਦੇ ਕਿਸਾਨਾਂ ਲਈ 1 ਰੁਪਈਆ ਮਾਫ਼ ਨਹੀਂ ਕੀਤਾ, ਉਹਨਾਂ ਨੇ ਕੀਤਾ ਅਤੇ ਉਹਨਾਂ ਅਮੀਰ ਪਰਿਵਾਰਾਂ ਦਾ ਕੀਤਾ ਜਿਹੜੇ ਕਿ ਇੱਥੋਂ ਲੁੱਟ ਕੇ ਕਾਲਾ ਧਨ ਜਿਹੜਾ ਹੈਗਾ ਉਹ ਬਾਹਰ ਲੈ ਗਏ, ਗਰੀਬ ਕਿਸਾਨਾਂ ਦਾ ਉਹਨਾਂ ਨੇ ਸੋਚਿਆ ਨਹੀਂ। ਰਾਹੁਲ ਗਾਂਧੀ ਜੀ ਨੇ 75,000 ਰੁਪਈਆ ਗਰੀਬ ਪਰਿਵਾਰਾਂ ਦੇ ਮਹਿਲਾ ਆਗੂ ਨਿਆ ਨਾਂ ਦੀ ਜਿਹੜੀ ਇੱਕ ਸਕੀਮ ਚਲਾਈ ਆ, ਜੇ ਕਾਂਗਰਸ ਦੀ ਸਰਕਾਰ ਬਣਦੀ ਆ ਤਾਂ ਉਹਨੂੰ ਲਾਗੂ ਕਰਨਗੇ। 6,000 ਰੁਪਈਆ ਮਹੀਨਾ ਹੋ ਗਿਆ ਉਹ ਉਸ ਪਰਿਵਾਰਾਂ ਨੂੰ, ਜਿਹੜੇ ਪਰਿਵਾਰ ਦੇ ਘਰ ਵਿੱਚ ਚੁੱਲ੍ਹਾ ਨਹੀਂ ਚੱਲਦਾ, ਜਿਹਨਾਂ ਦੇ ਇਨਕਮ ਆਫ ਸੋਰਸ ਪੂਰੇ ਨਹੀਂ ਹੈਗੇ, ਉਹਨਾਂ ਪਰਿਵਾਰਾਂ ਨੂੰ ਸਹਾਇਤਾ 75,000 ਰੁਪਈਆ ਸਾਲ ਦਾ ਹੋ ਗਿਆ। ਉਹ ਕਹਿੰਦੇ ਗਰੀਬੀ ਹਟਾਓ ਦਾ ਨਾਰਾ ਲਾ ਕੇ ਜਿਹੜਾ ਹੈਗਾ ਉਹਨਾਂ ਦੀ ਮਦਦ ਕਰਨ ਜਾ ਰਹੇ ਆ। ਇਸ ਤੋਂ ਪਹਿਲਾਂ ਉਹਨਾਂ ਨੇ ਜੋ ਸਾਡੀ ਸਰਕਾਰ ਸੀਗੀ ਡਾਕਟਰ ਮਨਮੋਹਨ ਸਿੰਘ ਜੀ ਦੀ, ਨਰੇਗਾ ਵੀ ਉਹਨਾਂ ਦੀ ਦੇਣ ਹੈ। ਅੱਜ ਨਰੇਗਾ
100 ਦਿਨ ਦਾ ਸਾਲ ਵਿੱਚ ਕੰਮ ਨਰੇਗਾ ਦਾ ਜਿਹੜੇ ਸਾਡੇ ਪਿੰਡਾਂ ਵਿੱਚ ਮਜ਼ਦੂਰ ਆ ਉਹਨਾਂ ਨੂੰ ਮਿਲਦਾ। ਕਾਂਗਰਸ ਸਰਕਾਰ ਦੀ ਸੋਚ, ਰਾਹੁਲ ਗਾਂਧੀ ਦੀ ਸੋਚ ਆ ਕਿ ਉਹਨੂੰ 100 ਤੋਂ ਵਧਾ ਕੇ 150 ਦਿਨ, 365 ਦਿਨਾਂ ਦੇ ਵਿੱਚੋਂ 150 ਦਿਨ ਦਾ ਰੁਜ਼ਗਾਰ ਜਿਹੜਾ ਹੈਗਾ ਉਹ ਵਧਾਇਆ ਜਾਊਗਾ, ਉਸ ਤੋਂ ਬਾਅਦ ਹੋਰ ਵਧਾਇਆ ਜਾਊਗਾ। ਇਹ ਕਮਿਟਮੈਂਟ ਕੀਤੀ ਆ ਰਾਹੁਲ ਗਾਂਧੀ ਜੀ ਨੇ, ਇਹ ਵਾਅਦਾ ਜੋ ਕਿਹਾ ਆ ਉਹ ਕਰਦੇ ਆ। ਪਿਛਲੇ ਦਿਨੀ 5 ਸਟੇਟਾਂ ਦੇ ਵਿੱਚ ਚੋਣਾਂ ਹੋਈਆਂ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਿ ਮੈਂ ਸਰਕਾਰ ਬਣਦਿਆਂ ਸਾਰ 24 ਘੰਟਿਆਂ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰੂੰਗਾ 2 ਲੱਖ ਤੱਕ ਦਾ। ਜਿਹੜਾ ਪੰਜਾਬ ਦੇ ਜੋ ਪੰਜਾਬ ਸਰਕਾਰ ਨੇ ਕੀਤਾ ਸੀ ਉਸ ਮਾਡਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਹ ਵਾਅਦਾ ਕੀਤਾ। 3 ਸਟੇਟਾਂ 'ਚ ਸਾਡੀ ਸਰਕਾਰ ਬਣੀ ਅਤੇ 24 ਘੰਟਿਆਂ ਦੇ ਵਿੱਚ ਜਦੋਂ ਸਾਡੇ ਉੱਥੋਂ ਦੇ ਮੁੱਖ ਮੰਤਰੀ ਨੇ ਸਹੁੰ ਚੁੱਕੀ ਅਤੇ 12 ਘੰਟਿਆਂ ਦੇ ਵਿੱਚ ਉਹ ਕਰਜ਼ਾ ਮਾਫ ਕੀਤਾ। ਰਾਹੁਲ ਗਾਂਧੀ ਜੋ ਕਹਿੰਦੇ ਨੇ ਉਹ ਕਰਦੇ ਨੇ। ਕਾਂਗਰਸ ਦੀ ਸੋਚ ਹਮੇਸ਼ਾ ਮਜ਼ਦੂਰਾਂ ਦੇ ਨਾਲ, ਗਰੀਬਾਂ ਦੇ ਨਾਲ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਨਾਲ ਖੜੀ ਆ, ਉਹਨਾਂ ਨੂੰ ਸਹੂਲਤਾਂ ਦੇਣ ਵਾਸਤੇ ਹਮੇਸ਼ਾ ਤੱਤਪਰ ਰਹਿੰਦੀ ਆ। ਤੁਸੀਂ ਸਾਰੇ ਬੜੇ ਜੁਝਾਰੂ ਜਥੇਬੰਦੀ ਨੂੰ ਬਿਲੋਂਗ ਕਰਦੇ ਹੋ, ਸੰਘਰਸ਼ ਤੁਹਾਡੀਆਂ ਰਗਾਂ ਦੇ ਵਿੱਚ ਆ। ਡਾਕਟਰ ਸੁਭਾਸ਼ ਸ਼ਰਮਾ ਜੀ ਤੁਹਾਡੀ ਪੰਜਾਬ ਦੀ ਅਗਵਾਈ ਕਰ ਰਹੇ ਨੇ, ਆਲ ਇੰਡੀਆ ਦੀ ਅਗਵਾਈ ਡਾਕਟਰ ਸੰਜੀਵਾ ਰੈਡੀ ਜੀ ਕਰ ਰਹੇ ਨੇ। ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਕਿ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਨੇ। ਐਡੇ ਵੱਡੇ ਲਾਅ ਦੇ ਲੈਕਚਰਾਰ ਹੋ ਕੇ, ਪ੍ਰਿੰਸੀਪਲ ਹੋ ਕੇ, ਅਤੇ ਫਿਰ ਵੀ ਉਹ ਜ਼ਮੀਨ ਨਾਲ ਜੁੜੇ ਹੋਏ ਆ। ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ ਇਹ ਕਈ ਬੰਦੇ ਤਾਂ ਹਵਾ ਦੇ ਵਿੱਚ ਗੱਲ ਕਰਦੇ ਨੇ। ਬਹੁਤ ਚੰਗਾ ਲੱਗਾ ਅੱਜ ਡਾਕਟਰ ਸੁਭਾਸ਼ ਸ਼ਰਮਾ ਜੀ ਦੇ ਸਦਕੇ, ਫਾਦਰ ਸਾਹਿਬ ਦੇ ਸਦਕੇ, ਬਾਬਾ ਜੀ ਦੇ ਤੁਹਾਡੇ ਰੂਹ ਰੂਹ ਹੋਣ ਦਾ ਮੌਕਾ ਮਿਲਿਆ ਵਾ। ਹਾਜ਼ਰ ਹਾਂ ਸੇਵਾ ਦੇ ਵਿੱਚ 24 ਘੰਟੇ, ਹੁਕਮ ਮਾਰਨਾ ਆ ਨੌਕਰ ਬਣ ਕੇ ਕੰਮ ਕਰੂੰਗਾ। ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਜੋ ਕਾਂਗਰਸ ਪਾਰਟੀ ਨੇ ਦਿੱਤੀ ਆ। ਤਕੜੇ ਹੋ ਕੇ ਡਾਕਟਰ ਰਾਜ ਕੁਮਾਰ ਜੱਬੇਵਾਲ ਜੀ ਨੂੰ ਵੋਟਾਂ ਪਾ ਕੇ ਆਪਾਂ ਲੋਕ ਸਭਾ 'ਚ ਭੇਜੀਏ। ਬਹੁਤ ਐਸੇ ਪ੍ਰੋਜੈਕਟ ਹੁੰਦੇ ਨੇ ਜਿਹੜੇ ਲੋਕ ਸਭਾ ਤੋਂ ਸੈਂਟਰ ਦੀ ਸਹੂਲਤ ਦੇ ਨਾਲ ਇਲਾਕੇ 'ਚ ਆਉਣੇ ਹੁੰਦੇ ਨੇ। ਪਿਛਲੀ ਵਾਰ ਇਸ ਇਲਾਕੇ ਤੋਂ ਸਾਂਪਲਾ ਜੀ ਨੂੰ ਇਸ ਇਲਾਕੇ ਨੇ ਬਖਸ਼ੀ ਜ਼ਿੰਮੇਵਾਰੀ, ਪਰ 1 ਰੁਪਈਆ ਬਾਬਾ ਜੀ ਨੇ ਕਿਹਾ ਵੀ 1 ਰੁਪਈਆ ਨਹੀਂ ਆਇਆ। ਉਹਨਾਂ ਨੂੰ ਨਾਲ ਇੱਕ ਮਾਣ ਵੀ ਹਾਸਲ ਸੀ ਕਿ ਉਹ ਸੈਂਟਰ ਦੀ ਸਰਕਾਰ ਦੇ ਵਿੱਚ ਮੰਤਰੀ ਸਨ। ਮੰਤਰੀ ਹੋਣਾ ਸੈਂਟਰ ਦੀ ਸਰਕਾਰ ਵਿੱਚ ਕੋਈ ਛੋਟੀ ਗੱਲ ਨਹੀਂ ਹੁੰਦੀ। ਪੰਜਾਬ ਸਰਕਾਰ ਦੇ ਵਿੱਚ ਜੇ ਕੋਈ ਮੰਤਰੀ ਹੋਵੇ ਤਾਂ ਉਹ ਬਹੁਤ ਇਲਾਕੇ ਦੀ ਸਹੂਲਤ ਡਿਵੈਲਪਮੈਂਟ ਆਪਣਾ ਕਰਾ ਸਕਦੇ ਨੇ, ਅਤੇ ਸੈਂਟਰ ਦੀ ਸਰਕਾਰ ਵਿੱਚ ਜੇ ਬੰਦਾ ਮੰਤਰੀ ਹੋਵੇ ਤਾਂ ਬਹੁਤ ਵੱਡੀ ਗੱਲ ਆ। ਅਤੇ ਇਸੇ ਕਰਕੇ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਕਿ ਉਹਨਾਂ ਨੇ ਲੋਕਾਂ ਦੇ ਕੰਮ ਨਹੀਂ ਸਵਾਰੇ। ਇਸ ਤੋਂ ਬਾਅਦ 5 ਸਾਲਾਂ ਬਾਅਦ ਵਾਰੀ ਆਉਣੀ ਆ, ਜਾਂ ਇਸ ਵਾਰ ਆਪਾਂ ਖੁੰਝ ਕੇ ਆਪਾਂ ਐਸੇ ਵੀਰ ਨੂੰ, ਐਸੇ ਕੈਂਡੀਡੇਟ ਨੂੰ, ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਤਾਂ ਉਹਨਾਂ ਨੂੰ ਲੋਕ ਸਭਾ 'ਚ ਭੇਜੀਏ ਅਤੇ ਆਪਣੇ ਇਲਾਕੇ ਦੀਆਂ ਜਿਹੜੇ ਰਹਿੰਦੇ ਕੰਮ ਆ, ਜਿਹੜੇ ਕਈਆਂ ਚਿਰਾਂ ਤੋਂ ਪਿਛੜੇ ਆ, ਉਹਨਾਂ ਨੂੰ ਆਪਾਂ ਹੰਬਲਾ ਮਾਰ ਕੇ ਕਰਾਵਾਂਗੇ ਤਾਂ ਕਿ ਆਪਣੇ ਇਲਾਕੇ ਦਾ ਵਿਕਾਸ ਹੋ ਸਕੇ। ਫਿਰ ਇਸੇ ਤਰ੍ਹਾਂ ਹੀ ਕਪੂਰਥਲੇ ਤੋਂ, ਖਡੂਰ ਸਾਹਿਬ ਹਲਕੇ ਤੋਂ ਜਸਵੀਰ ਸਿੰਘ ਡਿੰਪਾ ਬਹੁਤ ਵਧੀਆ ਨੌਜਵਾਨ ਉਸਦੇ ਸਾਡੇ ਪ੍ਰਧਾਨ ਰਹੇ ਨੇ। ਮੈਨੂੰ ਮੌਕਾ ਮਿਲਿਆ ਸਨ 1999 ਦੇ ਵਿੱਚ ਉਹਨਾਂ ਦੀ ਅਗਵਾਈ ਵਿੱਚ ਯੂਥ ਕਾਂਗਰਸ ਦੇ ਵਿੱਚ ਕੰਮ ਕਰਨ ਦਾ। ਅੱਛੀ ਸੋਚ ਹੈ, ਬਹੁਤ ਵਧੀਆ ਲੀਡਰ ਨੇ ਅਤੇ ਉਹਨਾਂ ਨੂੰ ਵੀ ਕਾਮਯਾਬ ਕਰਨਾ ਆ।
ਤੇ ਚੌਧਰੀ ਸਾਹਿਬ ਨੂੰ ਜੋ ਪਿਛਲੀ ਵਾਰ ਉੱਥੋਂ ਉਹਨਾਂ ਦੀ ਕਾਰਗੁਜ਼ਾਰੀ ਦੇਖ ਕੇ ਕਾਂਗਰਸ ਪਾਰਟੀ ਨੇ ਦੁਬਾਰਾ ਉਹਨਾਂ ਨੂੰ ਟਿਕਟ ਦਿੱਤੀ ਆ, ਉਹਨਾਂ ਨੂੰ ਵੀ ਕਾਮਯਾਬ ਕਰਨਾ ਆ। ਇੰਨੀਆਂ ਗੱਲਾਂ ਕਹਿ ਕੇ ਖਿਮਾ ਦਾ ਜਾਜਕਾਂ, ਫਿਰ ਆਪਾਂ ਜਿਹੜਾ ਵੀ ਪ੍ਰੋਗਰਾਮ ਜਥੇਬੰਦੀ ਰੱਖੇਗੀ ਉਹਦੇ ਵਿੱਚ ਹਾਜ਼ਰੀ ਲਵਾਉਣ ਲਈ ਤੁਹਾਡੀ ਕਚਹਿਰੀ ਵਿੱਚ ਪਹੁੰਚਾਂਗਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।